ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। 7 ਮਈ ਮਾਂ ਮਰੀਅਮ ਖੁਦਾ ਦੇ ਵਿੱਚ ਪ੍ਰਸੰਨ ਸੇਵਿਕਾ। ਅੱਜ ਅਸੀਂ ਇਸ ਦੇ ਉੱਤੇ ਮਨਨ ਚਿੰਤਨ ਕਰਦੇ ਹਾਂ। ਮਾਂ ਮਰੀਅਮ ਦੇ ਉਸਤ ਗੀਤ ਵਿੱਚ ਅਸੀਂ ਪੜ੍ਹਦੇ ਹਾਂ, ਤਦ ਮਰੀਅਮ ਨੇ ਕਿਹਾ, ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ ਅਤੇ ਮੇਰੀ ਰੂਹ ਮੇਰੇ ਮੁਕਤੀਦਾਤਾ ਖੁਦਾ ਵਿੱਚ ਖੁਸ਼ੀ ਮਨਾਉਂਦੀ ਹੈ। ਮਾਂ ਮਰੀਅਮ ਇੱਕ ਹਲੀਮ ਅਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਇੱਕ ਆਮ ਜ਼ਿੰਦਗੀ ਦੀ ਰੋਜ਼ਮਰ੍ਹਾ ਦੀਆਂ ਮੁਸ਼ਕਲਾਂ ਤੋਂ ਉਹ ਪਲੀ ਪਾਂਤ ਜਾਣੂ ਸੀ। ਉਹ ਉਹਨਾਂ ਸਭ ਕਠਿਨਾਈਆਂ ਦਾ ਸਾਹਮਣਾ ਕਰਦੀ ਜੋ ਇੱਕ ਆਮ ਪਰਿਵਾਰ ਨੂੰ ਰੋਜ਼ਾਨਾ ਤਕਲੀਫਾਂ ਚੱਲਣੀਆਂ ਪੈਂਦੀਆਂ ਹਨ। ਆਪਣੀ ਗਰੀਬੀ ਵਿੱਚ ਵੀ ਉਹ ਸੰਤੁਸ਼ਟ ਸੀ ਅਤੇ ਖੁਦਾ ਦੀ ਰਜ਼ਾ ਵਿੱਚ ਰਹਿੰਦੀ ਸੀ। ਉਸਦਾ ਭਰੋਸਾ ਖੁਦਾ 'ਤੇ ਸੀ। ਮਾਂ ਮਰੀਅਮ ਹਮੇਸ਼ਾ ਮਹਾਨ ਖੁਦਾ ਵਿੱਚ ਪ੍ਰਸੰਨ ਰਹਿ ਕੇ ਹੀ ਜੀਵਨ ਬਸਰ ਕਰਦੀ। ਅਸੀਂ ਪ੍ਰਾਰਥਨਾ ਕਰੀਏ। ਐ ਦਿਆਲੂ ਅਤੇ ਮਿਹਰਬਾਨ ਖੁਦਾ, ਮਾਂ ਮਰੀਅਮ ਦੇ ਵਾਂਗ ਸਾਨੂੰ ਵੀ ਹਲੀਮ ਜੀਵਨ ਜਿਉਣ ਦਾ ਸਲੀਕਾ ਪ੍ਰਦਾਨ ਕਰ। ਬਖਸ਼ ਦੇ ਕਿ ਅਸੀਂ ਆਪਣੇ ਜੀਵਨ ਦੇ ਹਰ ਪਲ ਤੇਰੇ ਵਿੱਚ ਹੀ ਸੱਚਾ ਆਨੰਦ ਮਹਿਸੂਸ ਕਰਦੇ ਰਹੀਏ। ਸਾਡੀ ਮਦਦ ਕਰ ਕਿ ਅਸੀਂ ਆਪਣੇ ਜੀਵਨ ਦੀ ਹਰ ਕਠਿਨਾਈ ਅਤੇ ਤਕਲੀਫ ਵਿੱਚ ਤੇਰੇ 'ਤੇ ਹੀ ਭਰੋਸਾ ਰੱਖੀਏ ਅਤੇ ਤੇਰੇ ਕੋਲੋਂ ਹੀ ਸ਼ਾਂਤੀ ਪ੍ਰਾਪਤ ਕਰ ਸਕੀਏ। ਇਸ ਮਹਾਮਾਰੀ ਦੇ ਦੌਰਾਨ ਸਾਡੇ ਗਰੀਬ ਭੈਣ ਭਰਾਵਾਂ ਨੂੰ ਹਰ ਲੋੜੀਂਦੀ ਸਹਾਇਤਾ ਮਿਲ ਸਕੇ, ਉਹਨਾਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਸਭ ਕਠਿਨਾਈਆਂ, ਮੁਸੀਬਤਾਂ, ਪਰੇਸ਼ਾਨੀਆਂ ਅਤੇ ਸੰਕਟਾਂ ਵਿੱਚ ਉਹਨਾਂ ਦੀ ਮਦਦ ਕਰ ਅਤੇ ਸਹਾਰਾ ਬਣ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ।